ਹਾਂਜੀ ਦੋਸਤੋ, ਗੁੱਡ ਮਾਰਨਿੰਗ ਜੀ। ਕੀ ਹਾਲ ਨੇ ਸਾਰਿਆਂ ਦੇ? ਅੱਜ ਮੈਂ ਤੁਹਾਡੇ ਨਾਲ ਇੱਕ ਇੰਪੋਰਟੈਂਟ ਚੀਜ਼ ਡਿਸਕਸ ਕਰਨੀ ਚਾਹੁੰਦਾ ਸੀ, ਜਿਹਦੇ ਕਰਕੇ ਮੈਨੂੰ ਆਹ ਵੀਡੀਓ ਬਣਾਉਣੀ ਪੈ ਰਹੀ ਆ। ਅਤੇ ਹੋਇਆ ਇੱਦਾਂ ਜੀ ਕਿ ਅੱਜ ਮੈਨੂੰ ਇੱਕ ਕਾਲ ਆਈ ਜੀ ਕੈਲਗਰੀ ਤੋਂ। ਕੋਈ ਆਪਣੇ ਕਲਾਇੰਟ ਨੇ, ਉਹ ਸਾਡੇ ਤੋਂ ਟਰੈਕਟਰ ਰੰਗ ਕਰਾਉਣਾ ਚਾਹੁੰਦੇ ਸੀ, ਅਤੇ ਉਹਨਾਂ ਨੇ ਕਿਸੇ ਵਰਕਸ਼ਾਪ 'ਚ ਜਿੱਥੋਂ ਆਪਣਾ ਮਕੈਨੀਕਲਸ ਕਰਾਇਆ ਹੋਊਗਾ, ਉਹਨਾਂ ਨੂੰ ਕਿਹਾ ਹੋਊਗਾ ਵੀ ਮਕੈਨੀਕਲ ਕੰਮ ਕੰਪਲੀਟ ਕਰਕੇ ਤਾਂ ਤੁਸੀਂ ਜਿਹੜਾ ਇਹ PV7 ਮੋਡੀਫਾਇਰ ਹੁਸ਼ਿਆਰਪੁਰ ਜਿਹੜਾ ਸਾਡਾ ਟਰੈਕਟਰ ਪਹੁੰਚਾ ਦਿਓ। ਠੀਕ ਹੈ ਜੀ। ਅਤੇ ਉਹ ਆਈ ਡੋਂਟ ਨੋ ਉਹਨਾਂ ਦਾ ਕੀ ਡਿਲੇ ਹੋਇਆ, ਕੀ ਹੋਇਆ ਕੀ ਨਹੀਂ ਹੋਇਆ, ਅਤੇ ਅੱਜ ਮੈਨੂੰ ਫੋਨ ਆਉਂਦਾ ਕਿ ਤੁਸੀਂ ਢਿੱਲੋਂ ਸਾਹਿਬ, ਸਾਡਾ ਟਰੈਕਟਰ ਤੁਹਾਡੇ ਕੋਲ ਆਇਆ ਹੋਇਆ ਅਤੇ ਤੁਸੀਂ ਉਹ ਟਰੈਕਟਰ ਕੰਪਲੀਟ ਨਹੀਂ ਕੀਤਾ, ਅਤੇ ਸਾਡੇ ਮਿਸਤਰੀ ਦੇ ਕਹਿਣ ਦੇ ਹਿਸਾਬ ਨਾਲ ਤੁਹਾਡੇ ਕੋਲ ਟੀਮ ਦੀ ਸ਼ੋਰਟੇਜ ਆ ਅਤੇ ਤੁਹਾਡੇ ਕੋਲ ਇਨਫਰਾਸਟ੍ਰਕਚਰ ਪ੍ਰੋਪਰ ਨਹੀਂ ਹੈ, ਜਿਹਦੇ ਕਰਕੇ ਤੁਸੀਂ ਟਰੈਕਟਰ ਨਹੀਂ ਕਰ ਪਾਏ। ਅਤੇ ਉਹ ਟਰੈਕਟਰ ਜਿਹੜਾ ਆ ਅਸੀਂ, ਮਤਲਬ ਸਾਡਾ ਮਿਸਤਰੀ ਕਹਿੰਦਾ ਕਿ ਮੈਂ ਉਹਨਾਂ ਤੋਂ ਵਾਪਸ ਲੈ ਆ। ਠੀਕ ਹੈ ਜੀ। ਅਤੇ ਮੈਂ ਤਾਂ ਪਹਿਲਾਂ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਵੀ ਸਾਡੇ ਕੋਲ ਤਾਂ ਅੱਜ ਤੱਕ ਇੱਦਾਂ ਦਾ ਕੋਈ ਟਰੈਕਟਰ ਆਇਆ ਹੀ ਨਹੀਂ ਜੀ ਜਿਹੜਾ ਵਾਪਸ ਚਲਾ ਗਿਆ ਹੋਵੇ। ਇਸ ਕਰਕੇ ਕਿ ਸਾਡੇ ਕੋਲ ਆਪਣੀ ਮੈਨ ਪਾਵਰ ਦੀ ਕਮੀ ਹੋਵੇ ਜਾਂ ਸਾਡੇ ਕੋਲ ਇਨਫਰਾਸਟ੍ਰਕਚਰ ਦੀ ਕਮੀ ਹੋਵੇ। ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਜੀ ਵੀ ਭਾਅ ਜੀ ਤੁਸੀਂ ਜਿਹੜਾ ਵੀ ਬੰਦਾ ਹੈ ਨਾ ਜੀ, ਜਿਹੜਾ ਮਿਸਤਰੀ ਆ, ਉਹਨੂੰ ਵੀਰ ਨੂੰ ਲਾਈਨ 'ਤੇ ਲਓ ਤਾਂ ਕਿ ਆਪਾਂ ਕਲੈਰਿਟੀ ਕਰੀਏ ਵੀ ਕੀ ਮਸਲਾ ਆ। ਅਤੇ ਜਦੋਂ ਲਾਈਨ 'ਤੇ ਲਿਆ ਤਾਂ ਉਹ ਕਹਿੰਦਾ ਜੀ ਪਹਿਲਾਂ ਉਹਨਾਂ ਨੂੰ ਵੀ ਜੀ ਮੈਨੂੰ ਤਾਂ PV7 ਵਾਲੇ ਗੋਲੀਆਂ ਦੇਈ ਜਾਂਦੇ ਆ ਦਿਸ ਐਂਡ ਦੈਟ। ਅਤੇ ਮੁੜ ਕੇ ਫਿਰ ਉਹਨਾਂ ਨੇ ਕਿਹਾ ਕਿ ਲਾਈਨ 'ਤੇ ਆ, ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀਰ ਜੀ ਦੱਸੋ ਤੁਸੀਂ ਕਿਹੜਾ ਟਰੈਕਟਰ ਸਾਡੇ ਕੋਲ ਲੈ ਕੇ ਆਏ ਆ ਜਿਹੜਾ ਅਸੀਂ ਵਾਪਸ ਕਰਤਾ, ਜਾਂ ਟਰੈਕਟਰ ਸਾਡੇ ਕੋਲ ਕਿੱਦਣ ਪਹੁੰਚਿਆ, ਕਿੱਦਣ ਤੁਸੀਂ ਵਾਪਸ ਲੈ ਗਏ। ਅਤੇ ਉਹ ਸਡਨਲੀ ਉਹਨੇ ਕਿਹਾ ਨਹੀਂ ਭਾਅ ਜੀ ਸੋਰੀ, ਮੇਰੀ ਕੋਈ ਘਰੇਲੂ ਪ੍ਰੋਬਲਮ ਸੀ ਜੀ, ਮੈਂ ਟਰੈਕਟਰ ਤੁਹਾਡੇ ਕੋਲ ਦਿੱਤਾ ਹੀ ਨਹੀਂ, ਮੈਂ ਇਹਨਾਂ ਨੂੰ ਕਹਿਤਾ ਵੀ ਟਰੈਕਟਰ PV7 ਗਿਆ ਹੋਇਆ ਅਤੇ ਉਹਨਾਂ ਨੇ ਕੰਮ ਨਹੀਂ ਕੀਤਾ। ਪਰ ਇਹਦੇ ਵਿੱਚ ਹੁਣ ਥਰੂ ਆਊਟ ਆ ਪ੍ਰੋਸੈਸ ਦੇ ਵਿੱਚ ਜਿਹੜੇ ਕੈਲਗਰੀ ਵਾਲੇ ਟਰੈਕਟਰ ਦੇ ਓਰੀਜਨਲ ਮਾਲਕ ਨੇ, ਉਹਨਾਂ ਨੇ ਆਪਦੇ ਉੱਥੇ ਫਰਦਰ ਗਰੁੱਪਸ 'ਚ ਵੀ ਸਰਕੂਲੇਟ ਕਰਤਾ ਕਿ PV7 ਵਾਲਿਆਂ ਨੇ ਕੰਮ ਨਹੀਂ ਕੀਤਾ, ਮਤਲਬ ਵੀ ਅਨਪ੍ਰੋਫੈਸ਼ਨਲ ਨੇ। ਸੋ ਹੁਣ ਮੇਰੀ ਤੁਹਾਨੂੰ ਸਾਰੇ ਜਣਿਆਂ ਨੂੰ ਇੱਕ ਬੇਨਤੀ ਹੈ ਜੀ ਕਿ ਮੇਰਾ ਨੰਬਰ ਜਿਹੜਾ ਆ ਉਹ ਤਕਰੀਬਨ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਅਵੇਲੇਬਲ ਆ ਜੀ। ਅਤੇ ਮੈਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਜਾਂ ਮੈਂ ਜਾਂ ਮੇਰਾ ਮੈਨੇਜਰ, ਸਾਡੇ ਤੋਂ ਲੈਦਾ ਕੋਈ ਵੀ ਬੰਦਾ ਟਰੈਕਟਰਸ ਦੇ ਬਾਰੇ ਜਾਂ ਕੋਈ ਵੀ ਪ੍ਰੋਜੈਕਟ ਨੂੰ ਲੈ ਕੇ, ਜਦੋਂ ਤੱਕ ਇਨੀਸ਼ੀਅਲ ਕਨਵਰਸੇਸ਼ਨ ਹੁੰਦੀ ਆ ਜਾਂ ਅਸੀਂ ਟਰੈਕਟਰਸ ਲੈਂਦੇ ਹਾਂ ਜਾਂ ਕੋਈ ਵੀ ਕੰਮ ਕਰਦੇ ਹਾਂ ਸਾਰਾ ਟਰੈਕਟਰਾਂ 'ਤੇ, ਤਾਂ ਅਸੀਂ ਆਪ ਡਿਸਕਸ ਕਰਦੇ ਹਾਂ। ਅਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਜੀ ਵੀ ਜਿਹੜੇ ਵੀ ਬੰਦੇ ਨੇ ਸਾਡੇ ਕੋਲ ਟਰੈਕਟਰ ਭੇਜਣਾ ਆ, ਉਹ ਜਦੋਂ ਟਰੈਕਟਰ ਸਾਡੇ ਕੋਲ, ਜਦੋਂ ਤੁਹਾਡਾ ਮਕੈਨਿਕ ਕਹਿੰਦਾ ਵੀ ਜੀ ਟਰੈਕਟਰ PV7 ਚਲਾ ਗਿਆ, ਤੁਸੀਂ ਡਾਇਰੈਕਟਲੀ ਸਾਡੇ ਨਾਲ ਗੱਲ ਕਰੋ, ਸਾਡੇ ਤੋਂ ਆਪਣੇ ਕੰਮ ਦਾ ਸਟੇਟਸ ਚੈੱਕ ਕਰੋ ਵੀ ਕੰਮ ਕਿੰਨਾ ਹੋਇਆ ਕਿੰਨਾ ਨਹੀਂ ਹੋਇਆ, ਤਾਂ ਕਿ ਚੀਜ਼ਾਂ 'ਚ ਟਰਾਂਸਪੇਰੈਂਸੀ ਰਹੇ। ਹੁਣ ਜਿਵੇਂ ਅੱਜ ਇਹ ਚੀਜ਼ ਹੋ ਗਈ, ਇਹਦੇ ਨਾਲ ਕੀ ਹੋਇਆ ਜੀ, ਸਾਡੇ ਜਿਹੜੀ ਬ੍ਰਾਂਡ ਇਮੇਜ ਹੈ ਜੀ ਸਾਡੀ, ਅਸੀਂ ਇੰਨੀ ਮੁਸ਼ਕਿਲ ਨਾਲ ਆਪਣੀ ਇੱਕ ਇੱਜ਼ਤ ਬਣਾਈ ਆ ਮਾਰਕੀਟ ਦੇ ਵਿੱਚ, ਉਹਨੂੰ ਸੱਟ ਲੱਗੀ ਆ ਜੀ। ਅਤੇ ਮੇਰੀ ਫਿਰ ਤੋਂ ਬੇਨਤੀ ਹੈ ਜੀ, ਮੈਂ ਸਾਰਿਆਂ ਨੂੰ ਕਹੂੰਗਾ ਕਿ ਇਹ ਚੀਜ਼ ਨੂੰ ਸ਼ੇਅਰ ਜ਼ਰੂਰ ਕਰ ਦਿਓ। ਮੈਂ ਅੱਜ ਤੱਕ ਕਦੇ ਤੁਹਾਨੂੰ ਆਹ ਨਹੀਂ ਕਿਹਾ ਵੀ ਕੋਈ ਪੋਸਟ ਨੂੰ ਸ਼ੇਅਰ ਕਰਿਓ, ਪਰ ਇਟ ਇਜ਼ ਇੰਪੋਰਟੈਂਟ ਕਿਉਂਕਿ ਸਾਡਾ ਜਿਹੜਾ ਇਹਦੇ ਨਾਲ ਇਮੇਜ ਜਿਹੜੀ ਖਰਾਬ ਹੁੰਦੀ ਆ। ਅਤੇ ਜਿੰਨੇ ਵੀ ਮਕੈਨਿਕਸ ਨੇ ਮੇਰਾ ਵੀਰ, ਪਲੀਜ਼ ਸਾਡਾ ਨਾਮ ਲੈ ਕੇ ਉਹਨੂੰ ਮਿਸਯੂਜ਼ ਨਾ ਕਰੋ, ਕਿਸੇ ਨੂੰ ਆਹ ਨਾ ਕਹੋ ਕਿ PV7 ਵਾਲਿਆਂ ਨੇ ਸਾਨੂੰ ਖਰਾਬ ਕੀਤਾ। ਹਾਂ ਜੇ ਅਸੀਂ ਕੀਤਾ ਹੋਵੇ ਫਿਰ ਤੁਸੀਂ ਜੀ ਸਕਦੇ ਕਹਿ ਸਕਦੇ ਹੋ, ਪਰ ਅੱਜ ਤੱਕ ਸਾਡਾ ਕਦੇ ਇੱਦਾਂ ਦਾ ਰਿਹਾ ਨਹੀਂ। ਅਤੇ ਨਾ ਹੀ ਮੈਂ ਕੋਈ ਕਿਸੇ ਤਰੀਕੇ ਦੀ ਵੀਡੀਓ ਬਣਾ ਕੇ ਕੋਈ ਕੰਟਰੋਵਰਸੀ ਸ਼ੁਰੂ ਕਰਨਾ ਚਾਹੁੰਦਾ ਜਾਂ ਮੈਂ ਕੁਛ ਵੀ, ਇਹਦੇ ਸੀ ਕਰਕੇ ਮੈਂ ਕਿਸੇ ਦਾ ਕੋਈ ਨਾਮ ਨਹੀਂ ਲੈ ਰਿਹਾ, ਬਟ ਮੈਂ ਤੁਹਾਨੂੰ ਜਨਰਲੀ ਦੱਸ ਰਿਹਾ ਜੀ, ਆਪਣੇ ਟਰੈਕਟਰਾਂ ਨੂੰ ਲੈ ਕੇ ਸਾਡੇ ਨਾਲ ਡਾਇਰੈਕਟਲੀ ਗੱਲ ਕਰੋ, ਸਾਡੇ ਨੰਬਰਸ ਅਵੇਲੇਬਲ ਨੇ, ਮੈਂ ਆਪ ਫੋਨ ਅਟੈਂਡ ਕਰਦਾ ਜਾਂ ਮੇਰਾ ਮੈਨੇਜਰ ਫੋਨ ਅਟੈਂਡ ਕਰਦਾ, ਸਾਡੇ ਤੋਂ ਲੈਦਾ ਸਾਡਾ ਕੋਈ ਵੀ ਸਟਾਫ ਮੈਂਬਰ ਤੁਹਾਨੂੰ ਕਿਸੇ ਚੀਜ਼ ਲਈ ਕੋਈ ਹਾਂ ਦੇਵੇ ਨਾ ਦੇਵੇ ਕੁਛ ਕਰੇ, ਤੁਸੀਂ ਕਿਸੇ ਦੀ ਗੱਲ 'ਤੇ ਵਿਸ਼ਵਾਸ ਨਹੀਂ ਕਰਨਾ ਜੀ, ਡਾਇਰੈਕਟਲੀ ਸਾਡੇ ਨਾਲ ਗੱਲ ਕਰੋ ਜੇ ਤੁਸੀਂ ਸਾਡੇ ਤੋਂ ਆਪਣਾ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, ਅਤੇ ਇੱਦਾਂ ਦੀਆਂ ਚੀਜ਼ਾਂ ਤੋਂ ਬਚੋ ਅਤੇ ਕਾਈਂਡਲੀ ਸਾਡਾ ਨਾਮ ਖਰਾਬ ਨਾ ਕੀਤਾ ਜਾਵੇ। ਥੈਂਕ ਯੂ ਸੋ ਮੱਚ।